ਰਖੜੀ ਦਾ ਤਿਉਹਾਰ ਪੰਜਾਬਸ ਵਿੱਚ ਸਮੁੱਚੇ ਭਾਰਤ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਹ ਤਿਉਹਾਰ ਹਰ ਸਾਲ ਮਹੀਨੇ ਦੀ ਪੂਰणिमा वाले दिन मनाया ਜਾਂਦਾ ਹੈ ਅਤੇ ਪਹਿਣਾ ਆਪਣੇ ਭਰਾਵਾਂ ਨੂੰ ਆਪਣੇ ਪਿਆਰ ਦੇ ਰੰਗ-बिरंगे ਟਾਗੀਆਂ ਅਤੇ ਖੂਬਸੂਰਤ ਟੰਗ ਨਾਲ ਬਣਾਈਆਂ ਗਈਆਂ ਰਖਣੀਆਂ ਬੰਨ੍ਹਦੀਆਂ ਨੇ ਪਹਿਣਾ ਆਪਣੇ ਭਰਾਵਾਂ ਦੇ ਮੱਥੇ ਤੇ ਕਾ ਲਗਾ ਕੇ ਇਸ ਤਿਉਹਾਰ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦੀਆਂ ਨੇ ਪੈਣਾ ਤੇ ਭਰਾਵਾਂ ਦੇ ਪਵਿੱਤਰ ਰਿਸ਼ਤੇ ਦਾ ਇਹ ਪ੍ਰਸਿੱਧ ਤਿਉਹਾਰ ਪੈਣਾ ਦੀ ਸੁਰੱਖਿਆ ਅਤੇ ਪੈਣਾ ਭਰਾਵਾਂ ਦੇ ਡੂੰਘੇ ਰਿਸ਼ਤੇ ਦਾ ਪ੍ਰਤੀਕ ਹੈ ਪੈਣਾ ਆਪਣੇ ਭਰਾਵਾਂ ਦੇ ਘਰ ਮਠਾਈਆਂ ਫਲ ਅਤੇ ਹੋਰ ਕਈ ਚੀਜ਼ਾਂ ਲੈ ਕੇ ਜਾਂਦੀਆਂ ਨੇ ਅਤੇ ਭਰਾ ਅਤੇ ਪੂਰੇ ਪਰਿਵਾਰ ਲਈ ਸੁੱਖ ਸੁਵਿਧਾ ਅਤੇ ਹੋਰ ਕਾਮਨਾਵਾਂ ਕਰਦੀਆਂ ਨੇ ਭਰਾ ਵੀ ਆਪਣੀਆਂ ਭੈਣਾਂ ਨੂੰ ਕਈ ਤਰ੍ਹਾਂ ਦੇ ਤੋਹਫ਼ਿਆਂ ਨਾਲ ਨਿਵਾਜਦੇ ਨੇ ਅਤੇ ਉਹਨਾਂ ਦੀ ਸੁਰੱਖਿਆ ਦਾ ਸੰਕਲਪ ਲੈਂਦੇ ਨੇ ਅਤੇ ਇੱਕ ਦੂਜੇ ਦੇ ਸੁੱਖ-ਦੁੱਖ ਵਿੱਚ ਸਾਥ ਦੇਣ ਦਾ ਭਰੋਸਾ ਦਿਵਾਉਂਦੇ ਨੇ